ਚੋਬਰ ਆਪਣਾ ਖੰਗੜੋਂ ਨਹੀਂ ਹਟਦਾ ਉਹਦੀ ਦਵਾਈ ਲੈ ਕੇ ਆਉਂਦੀ ਹੈ ਕਿੱਦਾਂ ਖੰਘ ਖੰਘ ਕੇ ਹੈ ਨਾ ਅੰਦਰ ਆਉਂਦੀਆਂ ਵੀ ਖਿੱਚ ਹੋ ਜਾਂਦੀ ਵਿਚਾਰਾ ਠੀਕ ਨਹੀਂ ਹੈਗਾ ਵਾਲੀ ਦੂਰ ਕਿੱਥੇ ਦੌੜਨਾ ਸੀ ਧੜਕਣੀ ਵੀ ਵਧੀਆ ਵੀ ਸਾਹ ਮੈਨੂੰ ਵੀ ਚੜਿਆ ਪਿਆ ਉਹ ਰਹਿ ਗਿਆ ਥੋੜਾ ਜਿਹਾ ਟੋਂ ਟੈਨਸ਼ਨ ਲਈ ਜਾਣਾ ਤੇ ਆਪਾਂ ਚੱਲ ਜਾਣਾ ਘਰ ਨੂੰ ਠੀਕ ਹੈ ਤੇ ਘਰੇ ਜਾ ਕੇ ਤੂੰ ਖੇਡ ਲਈ ਠੀਕ ਹੈ ਬੁੰਗੜੀ ਮੈਂ ਚੋਬਰ ਆਪਣਾ ਖੰਗੜੋਂ ਨਹੀਂ ਹਟਦਾ ਉਹਦੀ ਦਵਾਈ ਲੈ ਕੇ ਆਉਂਦੀ ਹੈ ਇੰਜੈਕਸ਼ਨ ਵੀ ਲੈ ਕੇ ਆਉਂਦਾ ਤਾਂ ਦਵਾਈ ਵੀ ਲੈ ਕੇ ਆਉਂਦੀ ਉਹਨੂੰ ਪਲਾਉਣੇ ਆ ਦੋ ਤਿੰਨ ਟਾਈਮ ਖੰਘ ਉਹਦੀ ਠੀਕ ਹੋ ਜੂ ਵਿਚਾਰਾ ਕਿੱਦਾਂ ਖੰਘ ਖੰਘ ਕੇ ਹੈ ਨਾ ਅੰਦਰ ਆਉਂਦੀਆਂ ਵੀ ਖਿੱਚ ਹੋ ਜਾਂਦੀਆਂ ਜਿੱਦਾਂ ਆਪਣੀ ਖਿੱਚ ਹੁੰਦੀਆਂ ਦਰਿਆ ਪਿਆ ਆ ਹੱਥ ਆ ਗਿਆ ਉਹਦਾ ਵਿਚਾਰਾ ਠੀਕ ਨਹੀਂ ਹੈਗਾ ਬਾਹਲੀ ਦੂਰ ਤੱਕ ਕਿੱਥੇ ਦੌੜਨਾ ਸੀ ਇਹਨੇ ਧੜਕਣੀ ਦੀ ਵੀ ਵਧੀਆ ਵੀ ਸਾਹ ਮੈਨੂੰ ਵੀ ਚੜਿਆ ਪਿਆ ਤੈਨੂੰ ਦਵਾਈ ਪਿਲਾਉਣੀ ਪੁੱਤ ਤੂੰ ਫੇਰ ਠੀਕ ਹੋਊਗਾ ਦਵਾਈ ਤੂੰ ਪੀਂਦਾ ਨਹੀਂ ਬੁੱਗੇ ਹੈਂ ਉਹ ਪੁੰਗੜੀ ਵੀ ਘਰੇ ਦਾ ਇਲਾਜ ਕੀਤਾ ਗੱਲ ਬਣੀ ਨਹੀਂ ਫਿਰ ਇਹਨੂੰ ਹੋਸਪਿਟਲ ਲੈ ਜਾਣਾ ਪਿਆ ਸਾਡੇ ਪਿੰਡ ਹੀ ਸਰਕਾਰੀ ਹੋਸਪਿਟਲ ਆ ਉਹਦਾ ਤਾਂ ਜਾਨਵਰਾਂ ਦਾ ਹੈ ਨਾ ਉੱਥੇ ਲੈ ਗਿਆ ਇਹਨੂੰ ਤਾਂ ਵਿਚਾਰਾ ਬੜਾ ਡਰਿਆ ਡਰਿਆ ਮਹਿਸੂਸ ਕਰਦਾ ਸੀ ਹੋਸਪਿਟਲ ਫਿਰ ਦਵਾਈ ਵਿੱਚੋਂ ਨਹੀਂ ਮਿਲਦੀ ਸਾਹਮਣੇ ਲਿਖਾ ਦਿੱਤੀ ਉਹਨੇ ਹੋਸਪਿਟਲ ਦੇ ਸਾਹਮਣੇ ਸ਼ੋਪ ਆ ਉੱਥੋਂ ਲੈ ਆਉਂਦੀ ਆ ਵੀ ਅੱਗੇ ਹੁੰਦੀ ਸੀ ਹੋਸਪਿਟਲਾਂ 'ਚ ਦਵਾਈ ਮਿਲ ਜਾਂਦੀ ਹੁੰਦੀ ਪਰ ਹੁਣ ਤਾਂ ਬਿਲਕੁਲ ਨਹੀਂ ਹੈ ਨਾ ਚਲੋ ਜਿੱਦਾਂ ਵੀ ਆ ਕੋਈ ਚੱਕਰ ਨਹੀਂ ਆਰਾਮ ਆਉਣਾ ਚਾਹੀਦਾ ਦਵਾਈ ਲੈ ਆਉਂਦੀ ਅਤੇ ਹੁਣ ਇਹ ਡਰਿਆ ਡਰਿਆ ਜਿਹਾ ਅਤੇ ਇੱਧਰ ਭਾਅ ਜੀ ਨਾ ਜਿਹੜਾ ਟੀਕਾ ਭਰ ਰਿਹਾ ਸੀ ਉਹਦੇ ਵੱਲ ਦੇਖਣ ਡਿਆ ਇਹਦੀ ਅੱਖਾਂ ਦੇ ਮੈਂ ਤਾਂ ਹੀ ਉਹ ਕੀਤਾ ਸੀਗਾ ਚਾਦਰ ਜੀ ਹੈ ਨਾ ਵੀ ਥੋੜ੍ਹਾ ਜਿਹਾ ਇਹਨੂੰ ਠੀਕ ਫੀਲ ਹੋਵੇ ਨਾ ਡਰੇ ਨਾ ਬਹੁਤਾ ਅਤੇ ਇਹਦੇ ਦੰਦ ਦੇਖੋ ਗਿੜਗਿੜਿਆ ਵਾ ਸਾਰੇ ਦੰਦਾਂ ਤੋਂ ਡਰ ਦੇ ਲੱਗ ਗਏ ਨਹੀਂ ਲੈ ਆਉਂਦੇ ਪਰ ਕਹਿੰਦਾ ਕਿਸੇ ਨੂੰ ਕੁਛ ਨਹੀਂ ਵਿਚਾਰਾ ਕਿੱਦਾਂ ਨਾ ਅੱਖਾਂ ਦੇ ਵਿੱਚ ਵੀ ਸਹਿਮਿਆ ਜਿਹਾ ਹੋਇਆ ਆ ਡਰ ਮਹਿਸੂਸ ਟੈਨਸ਼ਨ ਲਈ ਜਾਂਦਾ ਥੋੜ੍ਹਾ ਰਹਿ ਗਿਆ ਠੀਕ ਹੈ ਇੰਨਾ ਰਹਿ ਗਿਆ ਅਤੇ ਆਪਾਂ ਚੱਲ ਜਾਣਾ ਘਰ ਨੂੰ ਠੀਕ ਆ ਅਤੇ ਘਰ ਜਾ ਕੇ ਤੂੰ ਖੇਡ ਲਈ ਠੀਕ ਹੈ ਬੁੰਗੜੀ ਆਹ ਥੋੜ੍ਹਾ ਰਹਿ ਗਿਆ ਚੱਕ ਦੇਣਾ ਆਪਾਂ ਫਿਰ ਘਰੇ ਇੱਕ ਸ਼ਾਮ ਨੂੰ ਆਪਾਂ ਘਰੇ ਚੱਲ ਲੈਣਾ ਟੀਕਾ ਇੱਥੇ ਆਉਣਾ ਹੀ ਨਹੀਂ ਗਲੂਕੋਜ਼ ਲੱਗਣ ਤੋਂ ਬਾਅਦ 2 ਟੀਕੇ ਫਿਰ ਬਾਈ ਨੇ ਲਾਏ ਹੈ ਨਾ ਅਤੇ ਬਾਕੀ ਬਾਈ ਨੇ ਦਵਾਈ ਲਿਖ ਕੇ ਵੀ ਦੇ ਦਿੱਤੀ ਸੀ ਉਦੋਂ ਵਧੀਆ ਯਾਰ ਵਧੀਆ ਜਿਹੜੇ ਹੁਣ ਮੁੰਡੇ ਯੰਗ ਆਏ ਹੋਏ ਹੋਸਪਿਟਲ ਸਰਕਾਰੀ 'ਚ ਵਧੀਆ ਆ ਨਾ ਵਧੀਆ ਟ੍ਰੀਟਮੈਂਟ ਵੀ ਵਧੀਆ ਕਰਦੇ ਆ ਅਤੇ ਗੱਲਬਾਤ ਬਹੁਤ ਵਧੀਆ ਬੰਦੇ ਨਾਲ ਕਰਦੇ ਆ ਨਾ